ਸਰਬੱਤ ਗੁਰਦੁਆਰਾ ਧਿਆਨ ਧਰ ਕੇ ਖਾਲਸਾ ਸਤਿਗੁਰੂ ਜੀ ਨੂੰ ਨਾਮ ਕੀ।
ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਅੰਤਰ ਸਹਿ ਗੁਰੂ ਪੈਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਗੁਰੂ ਨਾਨਕ ਨਾਮ ਕਿਰੇ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਜਤ ਤਤ ਵਿਚਾਰਿਓ ਦਾਸ ਗੋਬਿੰਦ ਮਾਤਾ ਗੁਰਦੇਵ ਕੌਰ ਤੇ ਪਿਤਾ ਸਰਦਾਰ ਮਨਵੀਰ ਸਿੰਘ ਦੇ ਰਹਿ ਗਏ ਗੁਰਦਿਆਲ ਕੌਰ ਦੇ ਉਧਰ ਤੋਂ ਸੰਨ 1973 ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਜਿੱਥੇ ਮੈਂ ਸਾਹਮਣਾ ਦੇ ਬਹੁਤ ਹੀ ਸਿਆਣੇ ਸੂਤਵਾਂ ਔਰ ਲੋਕਾਂ ਦੇ ਸੁਣਦੇ ਭਾਈਵਾਨ ਗੁਰੂ ਘਰ ਦੀ ਹਮੇਸ਼ਾ ਰੋਜ਼ ਹੀ ਸੇਵਾ ਜਾਣਾ ਕਰਦੇ ਸਨ ਸਰਦਾਰ ਰਣਜੀਤ ਸਿੰਘ ਜੀ ਜਿੱਥੇ ਰਣਜੀਤ ਸਿੰਘ ਨੇ ਸਰਪਿੰਦਰ ਸਿੰਘ ਨੇ ਖੇਤੀ ਵਿੱਚ ਇੱਕ ਵੱਖਰਾ ਥਾਂ ਬਣਾਇਆ ਪੰਜਾਬ ਦੇ ਮੋਹਰੀ ਕਿਸਾਨਾਂ ਵਿੱਚ ਆਪਣਾ ਨਾਂ ਲਿਖਾਇਆ ਇੰਨੀ ਸੱਚ ਕਰਨ ਵਾਲੇ ਨੂੰ ਵੀ ਫਿਰ ਇਸ ਬਿਮਾਰੀ ਨੇ ਕਿਉਂ ਘੇਰਿਆ ਇੱਕ ਹੋਰ ਸਮੱਸਿਆ ਜਿਹੜੀ ਅਸੀਂ ਸਮਝਦੇ ਨਹੀਂ ਉਹਦੇ 'ਚ ਸਾਰਾ ਸਮਾਜ ਘਸਿਆ ਸਾਨੂੰ ਅਜੀਬ ਕਿਸਮ ਹਰ ਹੁਕਮ ਤੇ ਆਪ ਕੀ ਜਿਸ ਦੀ ਵਸਤ
Thank you.
Yeah.
मिलो सहेलियो सचरा नाम ले हां रोवे बिरहा तन का सब वाणी में वचन करते ने पांच तत् कर को सृष्टि संसाजी कोई सेवा करियो जी किता होवे जितने श्वास परमेश्वर मनुख नु देख के संसार ते भेजदा है ਸਵਾਸਨ ਨਾ ਕੋਈ ਵਧਾ ਸਕਦਾ ਹੈ ਨਾ ਕੋਈ ਘਟਾ ਸਕਦਾ ਹੈ ਤੋ ਸਤਿਗੁਰ ਗੁਰਬਾਣੀ ਦੁਆਰਾ ਸਾਨੂੰ ਬਾਰ ਬਾਰ ਸਮਝਾਉਂਦੇ ਨੇ ਇਹ ਮੇਰੇ ਮਨ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਪਾ ਜਿਸ ਪਰਮੇਸ਼ਰ ਨੇ ਤੈਨੂੰ ਇਹ ਮਨੁੱਖਾ ਜਨਮ ਦੇ ਕੇ ਸੰਸਾਰ ਤੇ ਭੇਜਿਆ ਹੈ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰ ਬਾਰ ਜਿਉਂ ਮਨ ਫਲ ਪਾ ਕੇ ਹੋਏ ਗਿਆ ਬਹੁਤ ਨਾ ਲਾਗੈ ਜਿਨ੍ਹਾਂ ਨੇ ਇਹ ਜੀਵਨ ਪਾ ਕੇ ਪਰਮੇਸ਼ਰ ਦਾ ਨਾਮ ਜਪ ਕੇ ਚੰਗੇ ਕਰਮ ਕਰਕੇ ਭਲੇ ਕਰਮ ਕਰਕੇ ਆਪਣਾ ਜੀਵਨ ਬਤੀਤ ਕੀਤਾ ਹੈ ਸਤਿ ਬਚਨ ਕਰਦੇ ਮੁਕਲਾ ਸੰਸਾਰ ਦੇ ਆਉਣਾ ਸਭ ਲੈ ਆਓ ਕੁਝ ਸਮੇਂ ਵਾਸਤੇ ਆਪਾਂ ਹੋਰ ਵਧੀਆ ਗੁਰਬਾਣੀ ਨਾਲ ਸਤਿ ਇਸ ਸੁਣਦੇ ਹੋਏ ਮਨ ਨੂੰ ਜਗਾ ਰਿਹਾ ਕਿ ਇਹ ਮਨ ਸਾਨੂੰ ਪਛਾਣ ਲੈ ਸਕੀ Oh,
ਦੇਵ ਦੇਵ ਪਤੇ ਨਿਰਦ ਕੀ ਪੈ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਮੋਰ ਮੰਦੇ ਮੋਰਣਾ ਵਾਹਿਗੁਰੂ ਸਿੱਧਾ ਕੀ ਨਾਮ ਜਿਸਦਾ ਨਹਿਤਨ ਸਰੋਤਨ ਵੇਖ ਤਨ ਦੁਰਤਾ ਨਾ ਧਨ ਸੁਤਾ ਨਾਮ ਦਾਨ ਸ੍ਰੀ ਵਰਤਸਰ ਕਰਮੀਆਂ ਦਸਮੀ ਸੁਨਾਮ ਚੌਕੀਆਂ ਝੰਡੇ ਗੁੰਗੇ ਜੁਗੋ ਜੁਗਨ ਧਨ ਕਾ ਜੈਕਾਰ ਮੁਰਣਾ ਵਾਹਿਗੁਰੂ ਸਿੱਖਾਂ ਦਾ ਮੰਦੀ ਮਾਂ ਮਾਤੋ ਜੀ ਮਤ ਪਦੇ ਰੱਖਿਆ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਿਤਕਾਰ ਸਾਹਿਬ ਜੀ ਪਾਣਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰਿਆਂ ਨੂੰ ਗੁਰੂ ਧਾਮਾਂ ਦੇ ਇਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਪੁਰਖ ਦਰਸ਼ਨ ਦਾ ਤੇ ਸੇਵਾ ਸੰਭਾਵਨ ਦਾ ਪੰਥ ਖਾਲਸਾ ਜੀ ਨੂੰ ਬਖਸ਼ਣਾ ਜੀ ਇਹ ਮਾਣਾ ਦੇ ਪਾਵਣ ਨਿਰਤਾਣ ਦੇ ਤਾਣ ਡਿਊਟੀਆਂ ਦੀ ਰੋਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੈਣ ਭਾਈ ਦੇ ਸਿੱਧਾਂਤ ਸੰਗਤਾਂ ਦੂਰ
ਕਲਮ ਦੇ ਆਪ ਜੀ ਦੇ ਚਰਨਾਂ ਵਿੱਚ ਅੱਜ ਮੈਂ ਭਾਜੀ ਨੂੰ ਸਤਿਨਾਮ ਕਰਨੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਦਰਿ ਕਰੇ ਸੁੱਖ ਵਰਤਾਉਣੀ ਨਗਰ ਖੜੇ ਤੇ ਮੇਰਾ ਭਰਿਆ ਅਨੰਤ ਸਾਹਿਬ ਦੇ ਛੇ ਪੌੜੀਆਂ ਦੇ ਜਾਪ ਹਨ ਸਿੱਖ ਪੜ੍ਹਦੇ ਸੁਣਦੇ ਅਲਾਹੇ ਬੰਦੋ ਹੋਵਣ ਅਲਾਹੀ ਪ੍ਰਮਾਨ ਬਚ ਕੇ ਸੰਤਨ ਕਰੋ ਜੀ ਕਰਤਾਰ ਸਹਿ ਗੁਰੂ ਪਿਆਰੇ ਮਿਲਣੇ ਇਹਨਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਗੁਰੂ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਈ ਅਕਾਲ ਕੀ ਤਮੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰਾਮੀ ਜੋ ਪ੍ਰਭ ਕੋ ਮਨੋ ਚੰਗਾ ਕੋ ਸ਼ਬਦ ਰਾਜ ਕਰੇ ਨਾ ਖਾਲਸਾ ਜਗਤ ਤਰਾਇਣਾ
ਗੁਰਦੇਵ ਸਿੰਘ ਬੂਟਾ ਸਿੰਘ ਵਾਲਾ ਚੰਡੀਗੜ੍ਹ ਤੋਂ, ਇੰਦਰਜੀਤ ਸਿੰਘ ਜੀ ਲੋਕੋਂ ਸਾਬਕਾ ਚੇਅਰਮੈਨ ਕੋਆਪਰੇਟਿਵ ਬੈਂਕ ਲੁਧਿਆਣਾ, ਕੁਲਦੀਪ ਸਿੰਘ ਜੀ ਕਾਕੜਾ ਸਾਬਕਾ ਚੇਅਰਮੈਨ ਸਾਹਿਬ, ਨਿਰਭੈ ਸਿੰਘ ਮੈਨੇਜਰ ਲੈਂਡਮਾਰਕ ਬੈਂਕ ਅਮਲੋਹ, ਅਮਰ ਸਿੰਘ ਬਸੰਤੀ ਵਾਈਸ ਚੇਅਰਮੈਨ ਸੁੰਦਰ ਮਹਿਲ ਬੁੱਟੇਵਾਲ, ਗੁਰਦੀਪ ਸਿੰਘ ਰਸੂਲਰਾ ਬਲਾਕ ਪ੍ਰਧਾਨ ਕਾਂਗਰਸ ਖੰਨਾ। ਮੈਂ ਇਹਨਾਂ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਅਤੇ ਨਾਲ ਹੀ ਬੇਨਤੀ ਕਰਦਾ ਕਿ ਦੋ ਮਿੰਟ ਵਾਸਤੇ, ਕਿਉਂਕਿ ਸਭਾ ਬਹੁਤ ਗਰਮੀ ਦਾ, ਬਹੁਤ ਚਿਰ ਤੋਂ ਸੰਗਤਾਂ ਬੈਠੀਆਂ ਨੇ। ਸਰਦਾਰ ਜਗਜੀਤ ਸਿੰਘ ਜੀ ਦੀਆਂ ਸਾਬਕਾ ਐਮ ਐਲ ਏ ਸਾਹਿਬ, ਉਹ ਆਪਣੇ ਸ਼ਬਦ ਦਾ ਸਤਿਕਾਰ ਭੇਜਦਾ ਹਾਂ। ਸਵੈਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਵੇਲੀ ਅੰਦਰ ਜੁੜ ਬਹਿ ਕੇ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਰੋਹ ਅਤੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਸਤਿਕਾਰਯੋਗ ਸੰਗਤ ਰੂਪ ਦੇ ਵਿੱਚ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰਦੇਵ ਸਿੰਘ ਜੀ ਜੀ ਦੀ ਬੈਂਕ ਪਾਸੋਂ ਸਵਾਸਾਂ ਨੂੰ ਗੁਰੂ ਬਖਸ਼ੀ ਗਏ ਸੀ, ਉਸ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਪਹੁੰਚੇ ਨੇ, ਉਹਨਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਦੇ ਨੇ। ਆਪਾਂ ਸਾਰੇ ਰਿਸ਼ਤੇਦਾਰ ਸਵਾਸਾਂ ਦੀ ਔਰ ਇਸ ਪ੍ਰਭਾਵ ਦੇ ਦੱਸਦੇ ਰੱਖਣ ਵਾਲੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ। ਪਹਿਲਾਂ ਗਿਆਨੀ ਵਿੰਦਰ ਸਿੰਘ ਭਾਵਨਾ ਸਾਹਿਬ ਨੇ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਉਹਨਾਂ ਬਾਰੇ ਔਰ ਸਮੁੱਚੇ ਪਰਿਵਾਰ ਬਾਰੇ ਆਪਾਂ ਨੂੰ ਚਾਨਣਾ ਪਾਇਆ, ਕਿਉਂਕਿ ਭਾਈ ਸਾਹਿਬ ਗੁਰਦੇਵ ਸਿੰਘ ਜੀ ਜਿੱਥੇ ਮੈਂ ਸਮਝਾਂ ਕਿ ਬਹੁਤ ਹੀ ਸਿਆਣੇ ਸੂਚਨਾ ਔਰ ਲੋਕਾਂ ਦੇ ਦੋਸਤ ਦੇ ਭਾਈਵਾਲ ਗੁਰੂ ਘਰ ਦੀ ਹਮੇਸ਼ਾ ਰੋਜ਼ ਹੀ ਸੇਵਾ ਜਾਣਾ ਕਰਦੇ ਸਨ। ਸਰਦਾਰ ਗੁਰਦੇਵ ਸਿੰਘ ਜੀ ਜਿੱਥੇ ਖੇਤੀਬਾੜੀ ਦੇ ਬਹੁਤ ਹੀ ਵਧੀਆ ਉਹਨਾਂ ਨੂੰ ਤਜਰਬਾ ਸੀ, ਉੱਥੇ ਸਿਆਸੀ ਤੌਰ ਦੇ ਉੱਤੇ ਵੀ, ਸਮਾਜਿਕ ਤੌਰ ਦੇ ਉੱਤੇ ਵੀ ਔਰ ਧਾਰਮਿਕ ਤੌਰ ਦੇ ਉੱਤੇ ਵੀ ਬਹੁਤ ਵੱਡਾ ਉਹਨਾਂ ਨੇ ਆਪਣਾ ਨਾਮ ਕਮਾਇਆ। ਇੱਕ ਮੈਨੂੰ ਯਾਦ ਹੈ ਕਿ ਬਾਬੂ ਦਲਜੀਤ ਸਿੰਘ ਜੀ ਦੀ, ਜਿਹਨਾਂ ਨੇ ਆਪਣੇ ਛੋਟੇ ਪੁੱਤਰਾਂ ਸਰਦਾਰ ਜਗਿੰਦਰ ਸਿੰਘ ਜੀ, ਸਰਦਾਰ ਗੁਰਦੇਵ ਸਿੰਘ ਜੀ ਨੂੰ ਆਪਣੇ ਪਿਤਾ ਪੁਰਖਿਆਂ ਦੀ ਚਲਾਈ ਜੋ ਖੇਤੀਬਾੜੀ ਹੈ ਉਹਨਾਂ ਨੂੰ ਉੱਥੇ ਸਿਖਲਾਈ ਦਿੱਤੀ। ਅੱਜ ਇਸ ਪ੍ਰਕਾਰ ਦਾ ਇਲਾਕੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੱਡਾ ਨਾਮ, ਕਿਉਂਕਿ ਦੋਨੇ ਭਰਾਵਾਂ ਦੀ ਗੱਲ ਕਰਕੇ ਖੇਤੀਬਾੜੀ ਨੂੰ ਪੜ੍ਹਾਇਆ, ਆਪਣਾ ਨਾਮ ਕਮਾਇਆ, ਸੇਵ ਹੋ ਗਿਆ ਗੁਰੂ ਲਾਗਰੇ ਪਿੰਡ ਸਾਹਿਬ ਇਕੱਠੇ ਬਾਗ ਪਿੰਡ ਦੇ ਵਿੱਚ ਕਰੇ ਸੀ। ਤਾਂ ਉਸ ਸਮੇਂ ਤਿੰਨ ਚਾਰ ਮੈਂਬਰ ਸੀ ਜਿਹੜੇ ਉਹ ਸਾਡੇ ਇਹਨਾਂ ਪਿੰਡਾਂ ਦੇ ਵਿੱਚੋਂ ਲੈ ਗਏ ਮਾਰਕੀਟ ਪਿੰਡ ਖੰਨਾ ਦੇ ਵਿੱਚ, ਜਿਹਦੇ ਦੇ ਵਿੱਚ ਪਹਿਲਾ ਨਾਮ ਸਰਦਾਰ ਗੁਰਦੇਵ ਸਿੰਘ ਦਾ ਹੈ। ਸੋ ਮੇਰਾ ਕਹਿਣ ਦਾ ਭਾਵ ਆ ਕਿ ਸਰਦਾਰ ਗੁਰਦੇਵ ਸਿੰਘ ਜੀ ਨੇ ਔਰ ਇਹਨਾਂ ਦੇ ਮੈਂ ਸਮਝਦਾ ਕਿ ਬਹੁਤ ਹੀ ਨਜ਼ਦੀਕੀ ਮਿੱਤਰ ਸਵਰਗਵਾਸ ਸੀ ਸਰਦਾਰ ਗੁਰਦੇਵ ਸਿੰਘ ਜੀ, ਇਹ ਦੋਨਾਂ ਦੀ ਜੋੜੀ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਹਨਾਂ ਨੇ ਦੋਨਾਂ ਨੇ ਰਲ ਮਿਲ ਕੇ ਆਪਣੇ ਇਲਾਕੇ ਦੇ ਵਿੱਚ ਸ਼ਬਦਾਂ ਦਾ ਜਾਪ ਛਿਆ। ਲੇਕਿਨ ਮੈਂ ਸਮਝਦਾ ਕਿ ਥੋੜ੍ਹਾ ਸਮਾਂ ਬਿਮਾਰ ਰਹਿਣ ਪਿੱਛੋਂ ਸਾਨੂੰ ਸੰਗੀਤ ਸ਼ਬਦਾਂ ਦੇ ਵਿਚਾਰਾਂ ਵਿੱਚ ਜਾਪ ਰਹੇ ਨੇ। ਪਰਿਵਾਰ ਦੇ ਉੱਤੇ ਬੜਾ ਕਹਿ ਕੇ ਸਹਿ ਸਦਮਾ ਜਿਹੜਾ ਇਹਨਾਂ ਨੂੰ ਹੋਇਆ ਕਿ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਵੱਲੋਂ ਆਪਣਾ ਸਾਰਿਆਂ ਦਾ ਕੰਮ ਕਰ ਦਿੰਦਾ ਕਿ ਸਿਆਣਿਆਂ ਨੇ ਵੀ ਆਖਿਆ ਕਿ ਦੁੱਖ ਦੇ ਵਿੱਚ ਸ਼ਾਮਿਲ ਹੈ ਦੁੱਖ ਕਰਦਾ ਔਰ ਕੁਛ ਦੇ ਵਿੱਚ ਸ਼ਾਮਿਲ ਹੈ ਕੁਛ ਦੇ ਵਿੱਚ ਵੱਧ ਹੁੰਦੇ ਨੇ। ਸੋ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਭਾਈ ਸਾਹਿਬ ਗੁਰਦੇਵ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਅਰਦਾਸ ਦੇਣਾ, ਪਿੱਛੇ ਪਰਿਵਾਰ ਨੂੰ ਸਾਧ ਸੰਗਤ ਨੂੰ ਭਾਣਾ ਬੰਦਾ ਵਰਗਾ ਚੱਲ ਸਾਰੇ ਸੰਗਤਾਂ ਦਾ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅਰਦਾਸ ਕਰਦੇ ਪਰਿਵਾਰ ਨੂੰ ਸਾਂਝਾ ਕਰਨ ਵਾਸਤੇ ਸ਼ੁਭ ਮਾਈ ਭਾਈ ਵਾਹਿਗੁਰੂ ਜੀ ਕਾ।
चार दिनों के समय के दौरान ही बिल्कुल रिस्ट्रिक्शन इन्ने समय के इन्ने दिनों के वो ऐसी बीमारियों की मार के चले जो सारा जीवन सी कह लिया आखिरी समा उन्होंने गुजर गए परिवार को बड़ा आ गया ऐसा गुरु साहब जी के वचन ने आगे कि जाना संसार को राजा कर्जा सब कर मारे ऐसो काल बनाई बड़ा है मौत का काल ढेर है मौत है जी बड़ी इच्छा जिंदगी जीवन बड़ी और ये भी ना है कि इतने विचकरा भी कोई बराबर नहीं है भावें राजा भावें रंग है पर क्योंकि समाज संसार विचरते हैं जो तो प्राणी परिवार में आता है समाज की होता है बुजुर्गता समाज या जिड़िया प्यार दिया तंगा बन जाती है जो तो उन्होंने विचार काम विछोड़े काम टूटदिया ने जिन्हें जिन्हें संबंध है हर को उन्होंने पर सो अज परिवार ने उन्होंने धर्मपत्नी बीबी जी उन्होंने सपुत्रा ने और उन्होंने काम है बह उन्होंने सर रविंद्र सिंह जी चेयरमैन साहब उन्होंने बराजा साहब के सारे परिवार बहुत बड़ा करीब दहाके जो सवा दहाका डेढ़ दहाका हो गया है इन्होंने सत्कार जो पिता जी के भोज के समय से भी आने का मौका मिले मैं जी इस परिवार बारे उदों भी चर्चा सुनी थी ये परिवार बड़ा किरती परिवार मेहनती परिवार गुरु नानक साहब महाराज जी ने सानू सिख नूं तीन वो मूल असूल दिते सिद्धांत दिते जिन्हां दे आधारित सिख का जीवन होना चाहिए कि किरत करो नाम जपो ते वंड छको इहदे ते आधारित सारा परिवार अपना जीवन जिहड़ा अज बतीत कर रहा उन्हां विचों सरदार बलदेव सिंह जी मनुख दे जिंदगी दे कई पक्ष ने असीं अपने परिवार परम गुरु पालना साडी जिम्मेवारी है और समाज से असीं किहो जिहा जीवन अपना बतीत करना है गुरु के आसन का ये सारे गरीबों को आपां जाणदे हां और कई पक्ष ने कोई भावें धार्मिक पक्ष है समाजिक पक्ष है व्यापारिक पक्ष है राजनीतिक पक्ष है जिंदगी के अनेक पक्ष ने मैं देखा कि परिवार साहब बलदेव सिंह जी साहब जगिंदर सिंह जी सारा परिवार जिहड़ा ਇਹ ਸਾਰੇ ਪੱਖਾਂ ਦੇ ਵਿੱਚ ਜਦੋਂ ਵਿਚਰਦੇ ਨੇ ਬੜੀ ਇਹਨਾਂ ਦਾ ਇਹਨਾਂ ਨੂੰ ਉਹਨਾਂ ਵਿੱਚ ਨਾਮਣਾ ਵੀ ਵੱਡੇ ਆਪਣਾ ਪਿਤਾ ਪੁੱਜੀ ਕਿੱਤਾ ਜਿਹੜਾ ਖੇਤੀਬਾੜੀ ਉਹ ਅਪਣਾਇਆ ਅਤੇ ਬਲਕਿ ਉਹਦੇ ਵਿੱਚ ਸਫਲ ਕਿਸਾਨ ਦੇ ਤੌਰ 'ਤੇ ਪੰਜਾਬ ਦੇ ਵਿੱਚ ਉੱਭੇ ਉਹਨਾਂ ਅਗਾਂਹ ਹੋਰ ਕਿਸਾਨਾਂ 'ਚ ਨਾਮ ਹੁੰਦਾ ਆਪਾਂ ਸਾਰੇ ਜਾਣਦੇ ਹਾਂ ਇਹਨਾਂ ਬਾਰੇ ਸੋ ਐਸਾ ਜੀਵਨ ਬਤੀਤ ਕਰਕੇ ਗਏ ਔਰ ਜਦੋਂ ਅਕਾਲ ਪੁਰਖ ਦਾ ਹੁਕਮ ਜਿਹੜਾ ਘੱਲੇ ਆਵੇ ਨਾਨਕ ਸਦੇ ਉੱਚੀ ਜਾਇਜ਼ ਦੇ ਅਨੁਸਾਰ ਉਹ ਹੁਕਮ ਜਦੋਂ ਆ ਗਿਆ ਉੱਥੇ ਪ੍ਰਵਾਹ ਨਹੀਂ ਚੱਲ ਬੜਾ ਇਲਾਜ ਬੜੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਲਾਜ ਤਾਂ ਬਿਮਾਰੀ ਦਾ ਹੋ ਸਕਦਾ ਮਾਪਣ ਦਾ ਬਹੁਤ ਦਾ ਇਲਾਜ ਨਹੀਂ ਬਾਣੀ ਨੂੰ ਵਚਨ ਕਰਦੇ ਨੇ ਸਤਿਗੁਰੂ ਜੀ ਵੈਦ ਕਹੇ ਹੋ ਹੀ ਭਲਾ ਦਾਰੂ ਮੇਰੇ ਵਸ ਇਹ ਤੋਂ ਵਸ ਰੁਪਾਵੇ ਪੂਜਾ ਭਾਵੇ ਦੇ ਖਸ ਇਹ ਜਿਹੜੀ ਵਸਤੂ ਹੈ ਉਹ ਮਾਲ ਜਿਹੜਾ ਧਰਤੀ ਦੇ ਰੱਖਿਆ ਸੰਸਾਰ ਦੇ ਰੱਖਿਆ ਕਰਨ ਵਾਲਾ ਮਾਲਕ ਹੈ ਉਹਦੀ ਵਸਤੂ ਉਹਦੇ ਵਸ ਜਾਂ ਮਨੁੱਖ ਦੇ ਜਾਂ ਪ੍ਰਾਣੀ ਉਹਦੇ ਵਸ ਨਹੀਂ ਬੜਾ ਵੱਡਾ ਦੁੱਖ ਲਿਖਿਆ ਅਤੇ ਉਹਨਾਂ ਦੇ ਇੱਕ ਤਰ੍ਹਾਂ ਦਾ ਅਚਨਚੇਤ ਜਾਣਾ ਔਰ ਇਹ ਜ਼ਿੰਮੇਵਾਰੀਆਂ ਜੇ ਪਰਿਵਾਰ ਕਹਿ ਲਈਏ ਕਿ ਠੀਕ ਆ ਕਿ ਉਹਨਾਂ ਦੇ ਬੱਚੇ ਪੈਰਾਂ ਸਿਰ ਨੇ ਬੜੀ ਉਹਨਾਂ ਨੂੰ ਇੱਕ ਸਿੱਖਿਆ ਮਿਲੀ ਹੈ ਆਪਣੇ ਪਿਤਾ ਮਾਤਾ ਵੱਲੋਂ ਆਪਣੇ ਚਾਚਾ ਜੀ ਵੱਲੋਂ ਪਰਿਵਾਰ ਵੱਲੋਂ ਕਹਾਂ ਅੱਜ ਉਹ ਬ੍ਰਾਹਮਣਾ ਵਿਦੇਸ਼ਾਂ ਵਿੱਚ ਵੀ ਖੜ ਰਹੇ ਨੇ ਇਹ ਵੀ ਉਹਨਾਂ ਦਾ ਬੜੀ ਸ਼ੋਭਾ ਹੋ ਰਹੀ ਹੈ ਕਿ ਉਹਨਾਂ ਦੀ ਦੇਣ ਇਸ ਸੰਸਾਰ ਕੋਈ ਬਾਗ ਦੇ ਵਿੱਚ ਐਸਾ ਆਪਣਾ ਬੂਟਾ ਲਾ ਕੇ ਗਿਆ ਹੈ ਪਰਿਵਾਰ ਦਾ ਕਿ ਹਮੇਸ਼ਾ ਲਈ ਆਪਾਂ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਸੋ ਅੱਜ ਉਹਨਾਂ ਦੇ ਅੰਤਮ ਅਰਦਾਸ ਸੰਗਤ ਵਿੱਚ ਆਪਾਂ ਸਾਰੇ ਜੁੜੇ ਹਾਂ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਹੈ ਅਤੇ ਗੁਰੂ ਦੀ ਰਜ਼ਾ ਵਿੱਚ ਰਹਿਣ ਵਾਲਾ ਪਰਿਵਾਰ ਹੈ ਔਰ ਇਸ ਅਕੀਦੇ ਦਾ ਵਿਸ਼ਵਾਸ ਹੈ ਕਿ ਜੇ ਵਿਸ਼ਵਾਸ ਰਹਿਣ ਵਾਲਾ ਪਰਿਵਾਰ ਹੈ ਕਿ ਜੇ ਸੰਗੀਤ ਤੱਕ ਜੇ ਅਰਾਧੇ ਯੁੱਗ ਦੀ ਪੂਜਾ 'ਤੇ ਆਈ ਜੇ ਭੁੱਖਦੇ ਤਾਂ ਇੱਥੇ ਹੀ ਰਾਜਾ ਵਿੱਚ ਸੋਭ ਮਨਾਈ ਸੋ ਐਸੇ ਰਜਾ
ਰਹਿਣ ਵਾਲਾ ਪਰਿਵਾਰ ਹੈ। ਗੁਰੂ ਇਹ ਕਰਨ ਕਿ ਪਰਿਵਾਰ ਨੂੰ ਇਸ ਅਗਹਿ ਅਤੇ ਅਸਹਿ ਵਿਛੋੜੇ ਵਿੱਚੋਂ ਨਿਕਲਣ ਦੇ ਔਰ ਇਹਨੂੰ ਚੱਲਣ ਦੀ ਕਹਿ ਲਈਏ ਉਹ ਸ਼ਕਤੀ ਪਰਿਵਾਰ ਨੂੰ ਮਹਿਸੂਸ ਕਰਨ। ਦਸ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਇਲਾਕੇ ਦੀ ਸਮੁੱਚੀ ਜਥੇਬੰਦੀ ਵੱਲੋਂ ਜਿੱਥੇ ਪਰਿਵਾਰ ਨੇ ਸ੍ਰੀ ਗੁਰੂ ਨਾਨਕ ਦੇਵ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੋਟੇ ਵੀਰ ਸਾਹਿਬ ਦੇਵ ਸਿੰਘ ਹੋਰਾਂ ਦੀ ਆਪ ਦੀ ਸ਼ਾਮ ਦੀ ਬੇਨਤੀ ਸੱਚੀ ਗੁਰੂ ਸਾਹਿਬ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਪਰਿਵਾਰ ਬਾਰੇ ਬਹੁਤ ਕੁਛ ਦੱਸਿਆ ਗਿਆ। ਮੈਂ ਸਮਝਦਾ ਜੇ ਤੁਸੀਂ ਦੋਸਤ ਰਿਸ਼ਤੇ ਦਾ ਇਸ ਸ਼ੋਕਮਈ ਸਮਾਗਮ ਚ ਆਏ ਹੋ, ਮੇਰੇ ਨਾਲੋਂ ਵੀ ਸ਼ਾਇਦ ਵੱਧ ਤੁਹਾਨੂੰ ਪਰਿਵਾਰ ਬਾਰੇ ਪਤਾ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ। ਮੈਂ ਸੋਚ ਰਿਹਾ ਸੀ ਅਸੀਂ ਆਮ ਇਹ ਗੱਲ ਕਰਦੇ ਕਿ ਸਾਡਾ ਜ਼ਿੰਦਗੀ ਜਿਉਣ ਦਾ ਢੰਗ ਬਦਲ ਕੇ ਲਾਈਫ ਸਟਾਈਲ ਬਦਲ ਗਿਆ, ਕੰਮ ਛੱਡ ਗਏ ਹਾਂ, ਇਸ ਕਰਕੇ ਇਹੋ ਜਿਹੀਆਂ ਅਜੀਬੋ ਗਰੀਬ ਬਿਮਾਰੀਆਂ ਨੇ ਸਾਨੂੰ ਸਾਜਨ ਘੇਰਿਆ। ਸਮਝ ਇਸ ਕਰਕੇ ਨਹੀਂ ਆ ਰਹੀ, ਸਰਦਾਰ ਰਣਜੀਤ ਸਿੰਘ ਤਾਂ ਬਹੁਤ ਸਖ਼ਤ ਮਿਹਨਤ ਕਰਦੇ ਸਨ, ਇਹਨਾਂ ਦੋਨਾਂ ਭਰਾਵਾਂ ਨੇ ਸਰ ਬਲਦੇਵ ਸਿੰਘ ਨੇ ਸਰ ਰਵਿੰਦਰ ਸਿੰਘ ਨੇ ਖੇਤੀ ਵਿੱਚ ਇੱਕ ਵੱਖਰਾ ਥਾਂ ਬਣਾਇਆ, ਪੰਜਾਬ ਦੇ ਮੋਹਰੀ ਕਿਸਾਨਾਂ ਵਿੱਚ ਆਪਣਾ ਨਾਂ ਲਿਖਾਇਆ। ਇੰਨੀ ਸਖ਼ਤ ਮਿਹਨਤ ਕਰਨ ਵਾਲੇ ਨੂੰ ਵੀ ਫਿਰ ਇਸ ਬਿਮਾਰੀ ਨੇ ਕਿਉਂ ਘੇਰਿਆ। ਇੱਕ ਹੋਰ ਸਮੱਸਿਆ ਜਿਹੜੀ ਅਸੀਂ ਸਮਝਦੇ ਨਹੀਂ, ਉਹਦੇ 'ਚ ਸਾਰਾ ਸਮਾਜ ਕਰਸਿਆ। ਸਾਨੂੰ ਅਜੀਬ ਕਿਸਮ ਦੀਆਂ ਟੈਨਸ਼ਨਸ ਨੇ, ਜਿਹੜੇ ਗਰੀਬ ਨੇ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਲਈ ਟੈਨਸ਼ਨ, ਜਿਹੜੇ ਖਾਂਦੇ ਪੀਂਦੇ ਨੇ ਉਹਨਾਂ ਦੀਆਂ ਅਲੱਗ ਕਿਸਮ ਦੀਆਂ ਟੈਨਸ਼ਨਸ ਨੇ। ਇਹ ਟੈਨਸ਼ਨਸ ਨੇ ਸਾਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਹੈ। ਸ਼ਾਇਦ ਇਸੇ ਲਈ ਕੁਛ ਪਤਾ ਨਹੀਂ ਅਕਾਲ ਪੁਰਖ ਨੂੰ ਜੋ ਮਨਜ਼ੂਰ ਹੁੰਦਾ ਹੁੰਦਾ ਹੋਵੇ ਹੈ, ਪਰ ਮੈਨੂੰ ਕਿਉਂਕਿ ਮੈਂ ਉਹਨਾਂ ਦਿਨਾਂ ਵਿੱਚ ਜਦੋਂ ਸਰ ਬਲਦੇਵ ਸਿੰਘ ਨੂੰ ਇਸ ਬਿਮਾਰੀ ਨੇ ਘੇਰਿਆ, ਮੈਂ ਬਹੁਤ ਇਨ ਟੱਚ ਰਿਹਾ। ਮੈਨੂੰ ਲੱਗਦਾ ਕੁਛ ਸਰ ਬਲਦੇਵ ਸਿੰਘ ਦੇ ਪਾਰਟ 'ਤੇ ਵੀ ਕੋਤਾਹੀ ਹੋਈ, ਉਹਨੇ ਪਰਵਾਹ ਨਹੀਂ ਕੀਤੀ। ਜਦੋਂ ਪਹਿਲੇ ਦਿਨ ਅਟੈਕ ਹੋਇਆ, ਘਰੇ ਕੰਮ ਕਰੇਗੇ, ਟਾਰਟ ਕਰਦਿਆਂ ਨੂੰ ਠੀਕ ਤਰ੍ਹਾਂ ਦੱਸਿਆ ਨਹੀਂ, ਜਦਕਿ ਹਾਰਟ ਐਸਾ ਵਾਈਟਲ ਪਾਰਟ ਹੈ ਬੋਡੀ ਦਾ, ਇਹ ਝਟਕੇ ਨਾਲ ਬੁਰੀ ਤਰ੍ਹਾਂ ਕਮਜ਼ੋਰ ਹੋ ਜਾਂਦਾ। ਦੂਸਰੇ ਦਿਨ ਫਿਰ ਅਟੈਕ ਹੋਇਆ, ਫਿਰ ਆਪ ਗੱਡੀ ਚਲਾ ਕੇ ਗਏ, ਕੁਛ ਕਹਿ ਵੀ ਫਸਟ ਏਡ ਦੇਣ ਵਾਲੇ ਡਾਕਟਰ ਕੋਲੋਂ ਹੋ ਗਏ ਆ। ਮੈਂ ਸਮਝਦਾ ਠੀਕ ਟਾਈਮ ਉਸ ਨਾ ਹੋਇਆ, ਬ੍ਰੇਨ ਹੈਮਰੇਜ ਦਾ ਉਹਨੂੰ ਪਤਾ ਹੀ ਨਹੀਂ ਲੱਗਿਆ। ਦੋ ਦਿਨ ਬ੍ਰੇਨ ਹੈਮਰੇਜ ਦਾ ਪੇਸ਼ੈਂਟ ਡਾਕਟਰ ਦੇ ਕੋਲ ਪਿਆ ਰਹੇ ਤਾਂ ਕਹਿਣ ਲਈ ਕੀ ਰਹਿ ਜਾਂਦਾ, ਉਹ ਕਹੀ ਜਾਏ ਨਹੀਂ। ਅਸੀਂ ਮੈਂ ਗਿਆਨੀ ਜੀ ਅਤੇ ਸਰ ਜੋਗਿੰਦਰ ਸਿੰਘ ਜਦੋਂ ਡਾਕਟਰ ਦੇ ਕੋਲ ਗਏ, ਮੈਂ ਉਹਨੂੰ ਪੁੱਛਿਆ ਬੇਹੋਸ਼ੀ ਕਰਦੀ ਹੈ, ਕੋਈ ਇੰਜੈਕਸ਼ਨ ਦਿੱਤਾ ਹੈ, ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ ਹੈ ਜਾਂ ਕੋਈ ਨਸ਼ੇ ਦੀ ਦਵਾਈ ਦਿੱਤੀ ਹੈ? ਨਹੀਂ ਜੀ, ਕੋਈ ਨਸ਼ੇ ਦੀ ਦਵਾਈ ਨਹੀਂ ਦਿੱਤੀ, ਡਿਪਰੈਸ਼ਨ ਬਹੁਤ ਹੈ। ਬਾਹਰ ਆ ਕੇ ਮੇਰੇ ਕਿਹਾ ਵੀ ਡਾਕਟਰ ਝੂਠ ਬੋਲ ਰਿਹਾ, ਡਿਪਰੈਸ਼ਨ ਵਾਲੇ ਨੂੰ ਤਾਂ ਦਵਾਈਆਂ ਨਸ਼ੇ ਦੀਆਂ ਦਿੰਦੇ ਨੇ, ਜਾਂ ਇਹਨੇ ਕੋਈ ਨਸ਼ੇ ਦੀ ਦਵਾਈ ਦਿੱਤੀ ਹੈ, ਜਾਂ ਫਿਰ ਇਹਨੂੰ ਸਮਝ ਨਹੀਂ ਪਈ। ਉਹ ਗੱਲ ਨਿਕਲੀ ਜਦੋਂ ਅਸੀਂ ਉਹਨੂੰ ਲੁਧਿਆਣੇ ਲੈ ਗਏ। ਉੱਥੇ ਜਾਂਦੇ ਹੀ ਡਾਕਟਰ ਨੇ ਪਹਿਲੀ ਗੱਲ ਇਹ ਕਹੀ ਬਈ ਇਹਨੂੰ ਤਾਂ ਕੱਲ੍ਹ ਤੋਂ ਪ੍ਰੇਮ ਹੈਮਰੇਜ ਪਿਆ, ਕਿਤੇ ਉਹ
ਅਕਾਲੀ ਹੋਇਆ ਵੀ ਜੋ ਅਕਾਲ ਪੁਰਖ ਨੂੰ ਮਨਜ਼ੂਰ ਸੀ। ਇੱਕ ਵਾਰੀ ਓਪਰੇਸ਼ਨ ਸਫਲ ਹੋਣ ਦੇ ਬਾਅਦ ਜਦੋਂ ਹਾਰਟ ਦਾ ਟ੍ਰੀਟਮੈਂਟ ਸ਼ੁਰੂ ਹੋਣਾ ਸੀ ਉਸ ਵੇਲੇ ਫਿਰ ਬਹੁਤ ਜ਼ਬਰਦਸਤ ਅਟੈਕ ਹੋ ਗਿਆ ਜਿਹੜਾ ਉਹ ਸਾਡੇ ਕੋਲੋਂ ਸਾਡੇ ਉਸ ਵੀਰ ਨੂੰ ਹੋ ਕੇ ਲੈ ਗਿਆ। ਮੈਂ ਬੇਨਤੀ ਕਰ ਰਿਹਾ ਸੀ, ਮੈਨੂੰ ਵੀ ਸਮਝ ਆ ਰਹੀ ਸਾਰੇ ਸਮਾਜ ਨੂੰ ਕੀ ਹੋਇਆ ਹੈ। ਅਸੀਂ ਸਾਰੀ ਟੈਨਸ਼ਨ ਵਿੱਚ ਹੈ ਇੱਕ ਦੂਜੇ ਦੇ ਸ਼ਹਿਰ ਦੇ ਟੈਨਸ਼ਨ ਬਣਾਉਣ ਵਿੱਚ ਅਸੀਂ ਅੱਜ ਭਾਈਵਾਰ ਨਹੀਂ ਹਾਂ, ਨਾ ਕੋਈ ਕਿਸੇ ਨਾਲ ਸ਼ੇਅਰ ਕਰਦਾ ਵੀ ਮੈਨੂੰ ਕਿਸ ਚੀਜ਼ ਦੀ ਟੈਨਸ਼ਨ ਹੈ, ਨਾ ਕੋਈ ਜੇ ਸ਼ੇਅਰ ਕਰੇਗੀ ਤਾਂ ਦੂਜਾ ਸਾਹਮਣੇ ਵਾਲਾ ਉਹ ਭਾਰ ਘਟਾਉਣ ਵਾਸਤੇ ਆਪਣੇ ਵੱਲੋਂ ਰੋਲ ਅਦਾ ਨਹੀਂ ਕਰਦਾ। ਇਸ ਤਰ੍ਹਾਂ ਬਹੁਤ ਕੀਮਤੀ ਜਾਨਾਂ ਸਾਡੇ ਕੋਲੋਂ ਜਾ ਰਹੇ ਹਨ, ਸਾਰਾ ਸਮਾਜ ਬਿਮਾਰ, ਭਾਈਚਾਰਾ ਨਹੀਂ ਰਿਹਾ, ਰਿਸ਼ਤਿਆਂ ਦਾ ਲੋਕ ਨਹੀਂ ਰਿਹਾ, ਇੱਕ ਦੂਜੇ ਦੇ ਕੰਮ ਨੂੰ ਘਾਟ ਗਏ, ਇਕੱਲਾ ਇਕੱਲਾ ਮਨੁੱਖ ਹੋ ਗਿਆ। ਸ਼ਾਇਦ ਇਹ ਵੀ ਸਾਡੇ ਸਮਾਜ ਦੀ ਇੱਕ ਤਰਾਸਦੀ ਕਿਹਾ ਜਾਏ। ਇਹੋ ਜਿਹੇ ਮੌਕੇ ਇਹ ਕੋਈ ਉਮਰ ਨਹੀਂ, 60-65 ਸਾਲ ਦੀ ਉਮਰ ਕੋਈ ਉਮਰ ਨਹੀਂ ਹੁੰਦੀ। ਸਾਡੀ ਇੱਕ ਧਾਰਨਾ ਹੁੰਦੀ ਹੈ ਸਮਾਜ ਦੀ ਆਮ ਤੌਰ 'ਤੇ ਬਣੇ ਹੋਈ, ਜੇ ਕੋਈ 75-80 ਹੈ ਮੌਕੇ ਦਾ ਹੋ ਕੇ ਜਾਂਦਾ ਹੈ ਥੋੜ੍ਹੀ ਤਕਲੀਫ ਘੱਟ ਹੁੰਦੀ ਹੈ। ਇਹ ਠੀਕ ਹੈ ਸਰ, ਬਲਦੇਵ ਸਿੰਘ ਹੋਰਾਂ ਦੇ ਬੱਚੇ ਸਿਆਣੇ ਨੇ, ਪਹਿਲਾਂ ਸਿੰਘ ਨੇ, ਉਹਨਾਂ ਨੂੰ ਦੇਖ ਕੇ ਬੜਾ ਖੁਸ਼ ਹੈ। ਜਿਹੜਾ ਇੱਕ ਮਾਪੇ ਨੂੰ ਸੰਸਕਾਰ ਦੇਣੇ ਚਾਹੀਦੇ, ਵਧੀਆ ਸੰਸਕਾਰ ਦੇ ਕੇ ਗਏ, ਉਹ ਆਪਣੀ ਜ਼ਿੰਮੇਵਾਰੀ ਨਿਭਾ ਕੇ ਗਏ, ਪਰ ਇਸ ਉਮਰ 'ਤੇ ਜਾ ਕੇ ਮਨ ਨੂੰ ਤਸੱਲੀ ਨਹੀਂ ਹੁੰਦੀ, ਦਰਵਾਸ ਨਹੀਂ ਹੁੰਦਾ। ਇਸ ਉਮਰ 'ਚ ਜਦੋਂ ਪਰਿਵਾਰ ਦਾ ਜੀ ਪੁੱਛਣ ਜਾਏ ਦਰਵਾਸ ਨਹੀਂ ਮਿਲਦਾ, ਸਾਡਾ ਉਹ ਵੀਰ ਚਲਾ ਗਿਆ। ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ, ਸਾਰਿਆਂ ਨੇ ਜਿਸ ਦਿਨ ਤੋਂ ਗਿਆ ਉਸ ਦਿਨ ਤੋਂ ਹੀ ਲਗਾਤਾਰ ਤਾਂਤਾ ਲੱਗਿਆ ਰਿਹਾ, ਸਾਰੇ ਦੋਸਤ ਮਿੱਤਰ ਦਰਵਾਸ ਦੇ ਵੀ ਆਉਂਦੇ ਰਹੇ, ਅੱਜ ਫਿਰ ਸਾਰੇ ਆ ਗਏ। ਜਦੋਂ ਕਿਤੇ ਅੱਜ ਤੋਂ ਬਾਅਦ ਕੋਈ ਸਮਾਗਮ ਹੋਵੇਗਾ ਪਰਿਵਾਰ ਵਿੱਚ, ਤਾਂ ਉਹ ਜਿਹੜੀ ਕਸ਼ਟ ਹੈ ਉਹ ਪਰਿਵਾਰ ਨੂੰ ਪਤਾ ਲੱਗ ਕਿਵੇਂ ਸਹਿਣ, ਉਹ ਇਹੀ ਸਮਝ ਸਕਦੇ ਜਿਹਦੇ ਨਾਲ ਬੀਤੀ ਆ, ਉਹ ਵੀ ਸਮਝ ਸਕਦਾ। ਹਰ ਇੱਕ ਦੇ ਵੱਸ ਦਾ ਰੋਗ ਨਹੀਂ, ਬਹੁਤ ਹੀ ਵੱਡਾ ਸਦਮਾ ਹੈ, ਬਰਦਾਸ਼ਤ ਕਰਨਾ ਬੜਾ ਔਖਾ ਹੈ। ਵੱਡੇ ਜਿਗਰੇ ਨਾਲ ਜੇ ਅਕਾਲ ਪੁਰਖ ਦਾ ਸਿਰ 'ਤੇ ਹੱਥ ਹੋਵੇ ਤਾਂ ਇਹ ਚੜਿਆ ਜਾਂਦਾ ਹੈ। ਸਾਡੀ ਭੈਣ ਲਈ, ਉਹਨਾਂ ਦੀ ਧਰਮ ਬਦਲਣ ਲਈ ਹੁਣ ਤੋਂ ਲਗਾਤਾਰ ਸਾਰੀ ਜ਼ਿੰਦਗੀ ਇਹ ਉਹੀ ਸਮਝ ਸਕਦੇ ਹਾਂ ਕਿੰਨਾ ਔਖਾ ਇਹ ਸਮਾਂ। ਪਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਜਿਹੜੇ ਇਹਨਾਂ ਦੋਨਾਂ ਜੀਆਂ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਦਿੱਤੇ ਹੈ ਉਹਦੇ ਆਸਰੇ ਇਹ ਤਸੱਲੀ ਨਾਲ ਕਹਿ ਸਕਦੇ ਹਾਂ ਕਿ ਇਹ ਆਪਣੀ ਮਾਂ ਨੂੰ ਸੰਭਾਲ ਕੇ ਰੱਖਣ, ਇਹ ਵੱਡੀ ਜ਼ਿੰਮੇਵਾਰੀ ਹੈ ਹੁਣ ਇਹਨਾਂ ਦੇ ਉੱਤੇ। ਦੁਨਿਆਵੀ ਚੀਜ਼ਾਂ ਜਿੰਨੀਆਂ ਮਰਜ਼ੀ ਤੁਸੀਂ ਪੈਦਾ ਕਰ ਲਓ, ਮਾਪੇ ਨਹੀਂ ਲੱਭਦੇ, ਸਭ ਤੋਂ ਵੱਡਾ ਰੱਬ ਦੁਨੀਆਂ 'ਤੇ ਮਾਂ ਹੁੰਦੀ ਹੈ। ਅਤੇ ਮੈਂ ਉਮੀਦ ਕਰਦਾ ਸਾਡੇ ਬੱਚੇ ਆਪਣੀ ਮਾਂ ਦਾ ਬਾਖੂਬੀ ਧਿਆਨ ਕਰਨਗੇ। ਮੈਂ ਜਿੱਥੇ ਤੁਸੀਂ ਸਾਰੇ ਦੋਸਤ ਮਿੱਤਰ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਸਾਂਝਾ ਕਰਨ ਲਈ ਆਏ ਹੋ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਆਏ ਹੋ, ਸਾਡੇ ਉਸ ਵੀਰ ਦੀ ਆਤਮਾ ਦੀ ਸ਼ਾਂਤੀ ਲਈ ਜ਼ਿੰਦਗੀ 'ਚ ਜਿਹਨੇ ਅਣਥੱਕ ਮਿਹਨਤ ਕੀਤੀ, ਯਕੀਨਨ ਕਿਹਾ ਜਾ ਸਕਦਾ ਹੈ ਕਿ ਸਤਿਗੁਰੂ
उन्होंने आत्मा अपने चरणों में निवास बख्शे जो बच्चों भरा बाकी परिवार के मैंबर सू सारे दर्जा बदर्जा शुद्ध बुद्धि समा समर्था बख्शे असं ये सदमे चल सकी उन्होंने घाट को महसूस करके अपना धरवास अकाल पुरख की मदद ना असं लै सकी मैं जितने उन्होंने आत्मा की शांति भी फिर सतगुरु के चरणों में एक बार अरदास करदा अरदास करदा वाहगुरु परिवार ने मेहर भरिया हाथ रखे परिवार ने सदमा करने की समर्था शक्ति बख्शे उत्थे अपनी भैन लई मैं बेनती करूँगा भाई अगे भी भावें तुम सतगुरु के नाल लगे होर बाणी ते जोर दिओ मन नूं धरवास मिलेगा वाहेगुरु मेहर कर सानू सारे सुख बुद्धि समर्थ समर्था बख्शे।